ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ। ਨੰਬਰ 2 ਤੇ ਤੁਹਾਨੂੰ 2000 ਰੁਪਇਆ ਇਨਾਮ ਵਜੋਂ ਮਿਲ ਸਕਦਾ। ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ। ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ 1 ਘੰਟਾ ਜਿਹੜਾ ਚਾਂਸ ਹੁੰਦਾ। ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ। ਨੰਬਰ 2 ਤੇ ਤੁਹਾਨੂੰ 2000 ਰੁਪਇਆ ਇਨਾਮ ਵਜੋਂ ਮਿਲ ਸਕਦਾ। ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ। ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ 1 ਘੰਟਾ ਜਿਹੜਾ ਚਾਂਸ ਹੁੰਦਾ। ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ। ਨੰਬਰ 2 ਤੇ ਤੁਹਾਨੂੰ 2000 ਰੁਪਇਆ ਇਨਾਮ ਵਜੋਂ ਮਿਲ ਸਕਦਾ। ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ। ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ 1 ਘੰਟਾ ਜਿਹੜਾ ਚਾਂਸ ਹੁੰਦਾ। ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ
ਵਿਅਕਤੀ ਨੂੰ ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ। ਨੰਬਰ 2 ਤੇ ਤੁਹਾਨੂੰ 2000 ਰੁਪਇਆ ਇਨਾਮ ਵਜੋਂ ਮਿਲ ਸਕਦਾ। ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ। ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ ਇੱਕ ਘੰਟਾ ਜਿਹੜਾ ਚਾਂਸ ਹੁੰਦਾ, ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ। ਨੰਬਰ 2 ਤੇ ਤੁਹਾਨੂੰ 2000 ਰੁਪਇਆ ਇਨਾਮ ਵਜੋਂ ਮਿਲ ਸਕਦਾ। ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ। ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ ਇੱਕ ਘੰਟਾ ਜਿਹੜਾ ਚਾਂਸ ਹੁੰਦਾ, ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ। ਨੰਬਰ 2 ਤੇ ਤੁਹਾਨੂੰ 2000 ਰੁਪਇਆ ਇਨਾਮ ਵਜੋਂ ਮਿਲ ਸਕਦਾ। ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ
ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ, ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ, ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ, ਇੱਕ ਘੰਟਾ ਜਿਹੜਾ ਚਾਂਸ ਹੁੰਦਾ, ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ, ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ। ਨੰਬਰ 2 ਤੇ ਤੁਹਾਨੂੰ 2000 ਰੁਪਇਆ ਇਨਾਮ ਵਜੋਂ ਮਿਲ ਸਕਦਾ। ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ, ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ, ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ, ਇੱਕ ਘੰਟਾ ਜਿਹੜਾ ਚਾਂਸ ਹੁੰਦਾ, ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ, ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ। ਨੰਬਰ 2 ਤੇ ਤੁਹਾਨੂੰ 2000 ਰੁਪਇਆ ਇਨਾਮ ਵਜੋਂ ਮਿਲ ਸਕਦਾ। ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ, ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ, ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ, ਇੱਕ ਘੰਟਾ ਜਿਹੜਾ ਚਾਂਸ ਹੁੰਦਾ, ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ, ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ
ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ, ਨੰਬਰ ਦੋ ਤੇ ਤੁਹਾਨੂੰ 2,000 ਰੁਪਇਆ ਇਨਾਮ ਵਜੋਂ ਮਿਲ ਸਕਦਾ, ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ, ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ, ਇੱਕ ਘੰਟਾ ਜਿਹੜਾ ਚਾਂਸ ਹੁੰਦਾ, ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ, ਨੰਬਰ ਦੋ ਤੇ ਤੁਹਾਨੂੰ 2,000 ਰੁਪਇਆ ਇਨਾਮ ਵਜੋਂ ਮਿਲ ਸਕਦਾ, ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ, ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ, ਇੱਕ ਘੰਟਾ ਜਿਹੜਾ ਚਾਂਸ ਹੁੰਦਾ, ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ, ਨੰਬਰ ਦੋ ਤੇ ਤੁਹਾਨੂੰ 2,000 ਰੁਪਇਆ ਇਨਾਮ ਵਜੋਂ ਮਿਲ ਸਕਦਾ, ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ, ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ, ਇੱਕ ਘੰਟਾ ਜਿਹੜਾ ਚਾਂਸ ਹੁੰਦਾ, ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ
ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ। ਨੰਬਰ 2 ਤੇ ਤੁਹਾਨੂੰ 2,000 ਰੁਪਇਆ ਇਨਾਮ ਵਜੋਂ ਮਿਲ ਸਕਦਾ। ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ। ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ 1 ਘੰਟਾ ਜਿਹੜਾ ਚਾਂਸ ਹੁੰਦਾ, ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ। ਨੰਬਰ 2 ਤੇ ਤੁਹਾਨੂੰ 2,000 ਰੁਪਇਆ ਇਨਾਮ ਵਜੋਂ ਮਿਲ ਸਕਦਾ। ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ। ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ 1 ਘੰਟਾ ਜਿਹੜਾ ਚਾਂਸ ਹੁੰਦਾ, ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ। ਨੰਬਰ 2 ਤੇ ਤੁਹਾਨੂੰ 2,000 ਰੁਪਇਆ ਇਨਾਮ ਵਜੋਂ ਮਿਲ ਸਕਦਾ। ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ
ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ, ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ, ਇੱਕ ਘੰਟਾ ਜਿਹੜਾ ਚਾਂਸ ਹੁੰਦਾ, ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ, ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ। ਨੰਬਰ 2 ਤੇ ਤੁਹਾਨੂੰ 2000 ਰੁਪਇਆ ਇਨਾਮ ਵਜੋਂ ਮਿਲ ਸਕਦਾ। ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਹੈ ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ, ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ, ਇੱਕ ਘੰਟਾ ਜਿਹੜਾ ਚਾਂਸ ਹੁੰਦਾ, ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ, ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ। ਨੰਬਰ 2 ਤੇ ਤੁਹਾਨੂੰ 2000 ਰੁਪਇਆ ਇਨਾਮ ਵਜੋਂ ਮਿਲ ਸਕਦਾ। ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਹੈ ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ, ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ, ਇੱਕ ਘੰਟਾ ਜਿਹੜਾ ਚਾਂਸ ਹੁੰਦਾ, ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ, ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਦੋਸਤੋ, ਤੁਹਾਡੇ ਕੋਲ ਅੱਜ ਇੱਕ ਨਵੀਂ ਜਾਣਕਾਰੀ ਮੈਂ ਲੈ ਕੇ ਆਇਆ। ਫਰਿਸ਼ਤੇ ਸਕੀਮ ਇੱਕ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ 2024 ਦੇ ਵਿੱਚ। ਇਹ ਉਹ ਸਕੀਮ ਹੈ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਸੀਂ ਉਸ ਐਕਸੀਡੈਂਟ ਵਿਅਕਤੀ ਨੂੰ ਚੱਕ ਕੇ ਹਸਪਤਾਲ ਪਹੁੰਚਾਉਂਦੇ ਹੋ
ਤਾਂ ਤੁਹਾਨੂੰ ਪਹਿਲੀ ਗੱਲ ਤਾਂ ਪੁਲਿਸ ਤੰਗ ਪਰੇਸ਼ਾਨ ਨਹੀਂ ਕਰੂਗੀ, ਨੰਬਰ ਦੋ ਤੇ ਤੁਹਾਨੂੰ 2000 ਰੁਪਇਆ ਇਨਾਮ ਵਜੋਂ ਮਿਲ ਸਕਦਾ, ਫਰਿਸ਼ਤੇ ਦੇ ਤਹਿਤ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ। ਇਹ ਸਰਕਾਰ ਵੱਲੋਂ ਚਲਾਈ ਗਈ ਸਕੀਮ ਆ ਜੀ, ਤਾਂ ਜੋ ਅਸੀਂ ਐਕਸੀਡੈਂਟ ਦੌਰਾਨ ਜਿਹੜਾ ਇੱਕ ਭਰਮ ਪਾਲਿਆ ਹੋਇਆ ਸੀਗਾ ਲੋਕਾਂ ਨੇ ਵੀ ਪੁਲਿਸ ਤੰਗ ਕਰਦੀ ਆ, ਪਰੇਸ਼ਾਨ ਕਰਦੀ ਹੈ ਜਾਂ ਡਾਕਟਰ ਉੱਥੇ ਲਿਖਦੇ ਆ, ਤੁਹਾਡੀ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਅਗਵਾਈ ਨਹੀਂ ਹੋਊਗੀ ਕਿਸੇ ਦੇ ਕਿਸੇ ਵੀ ਕੇਸ 'ਚ, ਤੁਹਾਡਾ ਨਾਮ ਪਤਾ ਕੁਛ ਨਹੀਂ ਲਿਖਿਆ ਜਾਊਗਾ। ਤੁਸੀਂ ਉੱਥੋਂ ਬੰਦੇ ਨੂੰ ਭਰਤੀ ਕਰਾ ਕੇ ਹੋਸਪਿਟਲ ਦੇ ਵਿੱਚ ਤੁਸੀਂ ਉੱਥੋਂ ਫਾਰਗ ਹੋ। ਸੋ ਕਦੇ ਵੀ ਕੋਈ ਵੀ ਐਕਸੀਡੈਂਟ ਰਸਤੇ 'ਚ ਮਿਲਦਾ ਤਾਂ ਉਹਦੇ ਵਾਸਤੇ ਇੱਕ 1 ਆਵਰ ਗੋਲਡਨ 1 ਘੰਟਾ ਜਿਹੜਾ ਚਾਂਸ ਹੁੰਦਾ, ਜੇਕਰ ਅਸੀਂ ਉਸ ਗੋਲਡਨ ਆਵਰ ਦੇ ਵਿੱਚ ਉਸ ਵਿਅਕਤੀ ਨੂੰ ਐਕਸੀਡੈਂਟ ਕੇਸ ਵਿਅਕਤੀ ਨੂੰ ਆਪਾਂ ਚੱਕ ਕੇ ਹੋਸਪਿਟਲਾਈਜ਼ ਕਰ ਦਿੰਦੇ ਹਾਂ ਤਾਂ ਦੋਸਤੋ ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਐਕਸੀਡੈਂਟ ਕੇਸ ਦੇਖੋ ਤਾਂ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।